ਸਸ ਦੀ ਗੱਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਵਿੱਚ ਕਲਰਕ ਸੁਪਰਵਾਈਜ਼ਰ ਇਲੈਕਟ੍ਰੀਸ਼ੀਅਨ ਤੇ ਹੋਰ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਦੇਣ ਜਾ ਰਿਹਾ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈ ਤਾਕੀ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਅਗਰ ਮੈਂ ਗੱਲ ਕਰਾਂ ਹੋਰ ਕਈ ਵੈਕੈਂਸੀ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ Google 'ਚ ਜਾ ਕੇ ਟਾਈਪ ਕਰਨਾ ਹੋਵੇਗਾ meetacademy.xyz ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ ਔਰ ਉੱਥੋਂ ਜੌਬ ਰਿਲੇਟਿਡ ਸਾਰੇ ਅਪਡੇਟ ਜਿਹੜੇ ਨੇ ਤੁਹਾਨੂੰ ਮਿਲ ਜਾਣਗੇ ਚੈੱਕ ਕਰਕੇ ਤੁਸੀਂ ਅਪਲਾਈ ਵੀ ਕਰ ਪਾਉਗੇ ਇਸੇ ਤਰ੍ਹਾਂ ਹਰ ਇੱਕ ਅਪਡੇਟ ਸਭ ਤੋਂ ਪ ਔਰ ਵੈਬਸਾਈਟ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਵੀ ਕਰ ਰਹੇ ਹੋ ਤਾਂ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਤੇ ਅਵੇਲੇਬਲ ਹੈ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਇਦ ਵਿੱਚ ਕਿ ਸਭ ਤੋਂ ਪਹਿਲਾਂ ਗੱਲ ਕਰੀ ਨੋਟੀਫਿਕੇਸ਼ਨ ਜਿਹੜਾ ਹੈ ਜੀ ਪੰਜਾਬ ਡਾਇਰੈਕਟਿਡ ਪ੍ਰੋਟੈਕਸ਼ਨ ਸਰਵਿਸ ਵੈਲਫੇਅਰ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਸ ਦੇ ਅੰਡਰ ਇਹ ਵੈਕੈਂਸੀਜ਼ ਆਊਟ ਹੋਈਆਂ ਨੇ ਔਰ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਇਹ ਵੈਕੈਂਸੀਜ਼ ਜਿਹੜੀਆਂ 18 ਮਈ 2022 ਨੂੰ ਆਊਟ ਕੀਤੀਆਂ ਗਈਆਂ ਸੀਗੀਆਂ ਔਰ ਇਹਦੇ ਲਈ ਵਾਕਨ ਇੰਟਰਵਿਊ ਜਿਹੜਾ ਹੈ ਜੀ ਉਹ ਹੋਣ ਜਾ ਰਿਹਾ ਹੈ ਔਰ ਇਹਦੇ ਲਈ ਲਾਸਟ ਡੇਟ ਜਿਹੜੀ ਹੈ ਜੀ ਤੁਸੀਂ ਐਪਲੀਕੇਸ਼ਨ ਦੀ ਜਿਹੜੀ ਹੈ 31 ਮਈ 2022 ਜਿਹੜੀ ਹੈ ਜੀ ਰਹੇਗੀ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਹੈ ਕਿਸੇ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਫੀ ਜਿਹੜੀ ਹੈ ਨੇ ਜੀ ਫਿਰ ਅੱਗੇ एलिਜੀਬਿਲਟੀ ਦੀ ਗੱਲ ਕਰਾਂਗੇ ਅਕਾਊਂਟ ਕਲਰਕ ਦੀ ਇੱਕ ਵੈਕੈਂਸੀ ਹੈ ਜੀ ਉਸ ਤੋਂ ਬਾਅਦ ਇਲੈਕਟ੍ਰੀਸ਼ੀਅਨ ਦੀਆਂ ਇੱਕ ਵੈਕੈਂਸੀ ਹੈ ਸੁਪਰਵਾਈਜ਼ਰ ਦੀ ਇੱਕ ਵੈਕੈਂਸੀ ਹੈ ਇਨਚਾਰਜ ਦੀਆਂ ਦੋ ਵੈਕੈਂਸੀਸ ਆਊਟ ਹੋਈਆਂ ਨੇ ਔਰ ਰੈਸੈਪਸ਼ਨਿਸਟ ਦੀ ਇੱਕ ਵੈਕੈਂਸੀ ਜਿਹੜੀ ਹੈ ਜੀ ਆਊਟ ਕੀਤੀ ਗਈ ਹੈ ਸੋ ਇਹ ਵੈਕੈਂਸੀ ਸਿਰਫ ਔਰ ਸਿਰਫ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋਈਆਂ ਨੇ ਜੀ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ एलिਜੀਬਿਲਟੀ ਦੀ ਜਿਹੜੀ ਅਕਾਊਂਟ ਦੀ ਵੈਕੈਂਸੀਸ ਨੇ ਜਿਹੜੇ ਐਨੀ ਗ੍ਰੈਜੂਏਟ ਨੇ ਇਹਦੇ ਲਈ ਅਪਲਾਈ ਕਰ ਸਕਦੇ ਨੇ ਪ੍ਰੇਫਰੈਂਸ ਜਿਹੜੀ ਹੈ ਜੀ ਐਮਬੀਏ ਕਮ ਸਰਵਿਸ ਜਿਹੜਾ ਥੋੜਾ ਬਹੁਤ ਐਕਸਪੀਰੀਅੰਸ ਹੈਗਾ ਨੌਲੇਜ ਹੈਗੀ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਨੈਕਸਟ ਹੈਗਾ ਇਲੈਕਟ੍ਰੀਸ਼ੀਅਨ ਦੀ ਜਿਨ੍ਹਾਂ ਨੇ ਪਲੱਸ 2 ਪਾਸ ਕੀਤੀ ਹੋਈ ਹੈ ਪਲੱਸ ਆਈਟੀਆਈ ਕੀਤਾ ਹੋਇਆ ਇਲੈਕਟ੍ਰੀਕਲ ਦੇ ਵਿੱਚ ਔਰ ਨੌਲੇਜ ਹੈਗੀ ਇਲੈਕਟ੍ਰੀਕਲ ਵਰਕ ਦੀ ਤਾਂ ਉਹ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਨੇ ਜੀ ਸੁਪਰਵਾਈਜ਼ਰ ਦੀ ਵੈਕੈਂਸੀ ਹੈ ਜਿਹਦੇ ਲਈ ਐਕਸ ਸਰਵਿਸਮੈਨ ਜਿਹੜੇ ਆਰਮੀ ਵਾਲੇ ਕੈਂਡੀਡੇਟ ਨੇ ਜਿਨ੍ਹਾਂ ਨੇ ਹਵਾਲਦਾਰ ਰੈਂਕ ਤੱਕ ਹੈਗੇ ਨੇ ਉਹ ਅਪਲਾਈ ਦੇ ਲਈ ਕਰ ਸਕਦੇ ਨੇ ਉਹਨਾਂ ਨੂੰ ਕਰੈਕਟਰ ਸਰਟੀਫਿਕੇਟ ਆਰਮੀ ਤੋਂ ਜਿਹੜਾ ਹੈ ਜੀ ਉਹ ਇਹਨਾਂ ਨੂੰ ਦੇਣਾ ਪਏਗਾ ਇਨਚਾਰਜ ਦੀਆਂ ਵ ਕਰ ਸਕਦੇ ਨੇ اور ਕੰਪਿਊਟਰ ਦੀ ਬੇਸਿਕ ਨੋਲੇਜ ਜਿਹੜੀ ਹੋਣੀ ਉਹ ਜ਼ਰੂਰੀ ਹੋਵੇਗੀ ਜੀ ਇਹਦੇ ਵਿੱਚ ਉਹਨਾਂ ਨੇ ਇਹ ਨਹੀਂ ਮੰਗਿਆ ਕਿ ਤੁਸੀਂ ਗ੍ਰੈਜੂਏਸ਼ਨ ਇੰਗਲਿਸ਼ ਹਿੰਦੀ ਜਾਂ ਪੰਜਾਬੀ ਵਿੱਚ ਕੀਤੀ ਹੋਵੇ ਇਹਦੇ ਵਿੱਚ ਸਿਰਫ ਇਹੀ ਮੰਗਿਆ ਹੈ ਕਿ ਐਨੀ ਗ੍ਰੈਜੂਏਟ ਹੈ ਕਿਸੇ ਵੀ ਤੁਹਾਡੇ ਮਾਰਕਸ ਕਿੰਨੇ ਵੀ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਗੱਲ ਕਰੀਏ ਰਿਸੈਪਸ਼ਨਿਸਟ ਦੀ ਵੈਕੈਂਸੀ ਜਿਹਦੇ ਲਈ ਐਨੀ ਗ੍ਰੈਜੂਏਟ ਕੈਂਡੀਡੇਟ ਐਨ ਐਲੀਜੀਬਲ ਨੇ ਇੰਗਲਿਸ਼ ਹਿੰਦੀ ਤੇ ਪੰਜਾਬੀ ਲੈਂਗੁਏਜ ਵਾਲੇ ਕੈਂਡੀਡੇਟ ਐਨ ਜੀ ਉਹ ਐਲੀਜੀਬਲ ਹੋਣਗੇ ਤੇ ਅਪਲਾਈ ਜਿਹਨਾਂ ਨੂੰ ਨੋਲੇਜ ਹੈਗੀ ਉਹ ਅਪਲਾਈ ਕਰ ਸਕਦੇ ਨੇ ਕੰਪਿਊਟਰ ਨੋਲੇਜ ਜਿਹੜੀ ਹੈ ਜੀ ਬੇਸਿਕ ਉਹ ਸਿਰ ਪੰਜਾਬ ਦੇ ਕੈਂਡੀਡੇਟ ਐਲੀਜੀਬਲ ਹੋਣਗੇ ਜੀ ਨੈਕਸਟ ਅਗਰ ਗੱਲ ਕਰਾਂ ਇਹਦੇ ਲਈ ਵਾਕ ਇਨ ਇੰਟਰਵਿਊ ਜਿਹੜੀ ਹੈ ਜੀ 5 ਜੂਨ ਨੂੰ ਹੋਣ ਜਾ ਰਹੀ ਹੈ ਜੋ ਕਿ ਲੋਕੇਸ਼ਨ ਦੀ ਅਗਰ ਗੱਲ ਕਰੀਏ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ ਅੰਮ੍ਰਿਤਸਰ ਦੇ ਵਿੱਚ ਹੋਏਗੀ ਕੰਟੈਕਟ ਨੰਬਰ ਉਹਨਾਂ ਨੇ ਇੱਥੇ ਆਪਣਾ ਮੈਂਸ਼ਨ ਕੀਤਾ ਹੋਇਆ ਹੈ ਜੀ ਤੁਸੀਂ ਇਸ ਤੇ ਵੀ ਕਾਲ ਕਰਕੇ ਇਨਕੁਆਇਰੀ ਕਰ ਸਕਦੇ ਹੋ ਲਾਸਟ ਡੇਡ ਅਪਲੀਕੇਸ਼ਨ ਸਬਮਿਟ ਕਰਨ ਦੀ ਜਿਹੜੀ ਹੈ ਜੀ 31 ਮਈ 2022 ਜਿਹੜੀ ਹੈ ਜੀ ਰਹੇਗੀ ਇਸ ਦੇ ਵਿੱਚ ਮੇਨ ਚੀਜ਼ ਇਹ ਹੈ ਕੋਈ ਅਪਲੀਕੇਸ਼ਨ ਫਾਰਮ ਜਿਹੜਾ ਹੈ ਜੀ ਉਹ ਨਹੀਂ ਤਿਆਰ ਕੀਤਾ ਗਿਆ ਹੈ ਇੱਥੇ ਤੁਸੀਂ ਆਪਣ ਆਪਣੇ ਸਾਰੇ ਡਾਕੂਮੈਂਟਸ ਜਿਹੜੇ ਨੇ ਅਟੈਚ ਕਰਨੇ ਹੋਣਗੇ ਔਰ ਇਹਨਾਂ ਦਿੱਤੇ ਗਏ ਐਡਰੈਸ ਜੋ ਕਿ ਪੰਜਾਬ ਸਟੇਟ ਵਾਰ ਹੀਰੋ ਮੈਮੋਰੀਅਲ ਮਿਊਜ਼ੀਅਮ ਅੰਮ੍ਰਿਤਸਰ ਵੇਖੇ ਸੈਂਡ ਕਰਨਾ ਹੋਏਗਾ ਜੀ ਬਾਕੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਆ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਹੀ ਸਕਦੇ ਹੋ ਇਹਨਾਂ ਦੇ ਨੰਬਰ ਦੇ ਉੱਪਰ ਸੋ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਦਵਾਂਗਾ ਇਸ ਪੋਸਟ ਦਾ ਤੁਸੀਂ ਬਾਕੀ ਡੀਟੇਲਸ ਪੜ੍ਹ ਕੇ ਜਿਹੜਾ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਡੀਟੇਲਸ ਪੇਜ ਕੇ ਅਪਲਾਈ ਕਰ ਸਕਦੇ ਹੋ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਕਿ ਆਊਟ ਕੀਤਾ ਗਿਆ ਮਿਲਾਂਗੇ ਨਵੇਂ ਅਪਡੇਟ ਦੇ ਨਾਲ ਨਵੇਂ ਵੀਡੀਓ